ਵੀ ਲੈ ਲੈਂਦਾ ਕਿ ਬਾਬਾ ਰਾਮ ਸਿੰਘ ਨੇ ਸ਼ੁਰੂ ਕੀਤੀ ਜਿਹੜਾ ਸਰਦਾਰ ਸੀ। ਬਾਬਾ ਰਾਮ ਸਿੰਘ ਨੇ 18ਵੀਂ ਸਦੀ 'ਚ ਸ਼ੁਰੂ ਕੀਤੀ ਸੀ, ਜਿਹਨਾਂ ਨੂੰ ਕਾਲੇ ਪਾਣੀ 'ਚ ਭੇਜ ਦਿੱਤਾ ਸੀ। ਉਹੀ ਕੰਸੈਪਟ ਚੱਕ ਕੇ ਅੱਗੇ ਲਿਆਂਦਾ, ਇੱਕ ਬੰਦਾ ਮਸ਼ਹੂਰ ਹੋ ਗਿਆ, ਦੈਟਸ ਰੋਂਗ ਮੈਨ। ਮੈਂ ਤੇਰੇ ਨਾਲ ਮਾਰਨਾ ਦੋੜ
ਕੋਈ ਕੱਪੜਾ ਲੈਣ ਜਾਂਦਾ ਨਾ, ਜਦੋਂ ਦੁਕਾਨਦਾਰ ਕਹਿੰਦਾ ਵੀ ਇਹਦੀ ਕੀਮਤ ਹੈ ਜੀ 500 ਰੁਪਇਆ, ਬੰਦਾ ਕਹਿੰਦਾ ਨਹੀਂ 450 ਲਾ ਲਾ, 150 ਲਾ ਲਾ, ਫਿਰ ਘਟਾ ਲਓ ਯਾਰ। ਇਹ ਗਾਉਣ ਵਾਲਾ ਨੂੰ ਐਸੀ ਕਿਸਮਤ ਮਿਲੀ ਹੈ ਵੀ ਨਾਲੇ ਤਾਂ ਬੰਦਾ ਨੱਚਦਾ ਨਾਲੇ ਸਾਰੇ ਰੁਪਈਏ ਸਿੱਟ ਕੇ ਜਾਂਦਾ, ਉੱਧਰ ਤਾਂ ਨਹੀਂ ਰਹਿੰਦਾ ਅਗਲੇ ਦਿਨ ਜ਼ਰੂਰ ਆਉਂਦਾ। ਯਾਰ ਉਹ ਲੱਗਾ ਹੋਇਆ ਇੱਕ ਪੈਸੇ ਸਿੱਟ ਬੈਠਾ ਜ਼ਿਆਦਾ ਦੇਤੇ। ਸੋ ਕਰਮ ਵਾਲੇ ਗਾਉਣ ਵਾਲੇ ਰੁਪਈਏ ਵੀ ਮਿਲਦੇ, ਦਾਨ ਵੀ ਮਿਲਦੀ ਹੈ, ਚੰਗਾ ਜਗਾੜ ਚੱਲਿਆ ਹੋਇਆ। ਪੰਜਾਬ ਦੀ ਗਾਇਕੀ ਅਤੇ ਗੀਤਕਾਰੀ ਦੇਖ ਕੇ ਮੈਂ ਹਰ ਬੰਦੇ ਨੂੰ ਸੁਝਾਅ ਦਿੰਦਾ ਵੀ ਜੇ ਇੱਕ ਬੰਦਾ ਜੋਬ ਕਰੂਗਾ ਤਾਂ 25,000 ਮਿਲੂਗਾ, 50 ਮਿਲੂਗਾ। ਤੁਸੀਂ ਇੱਕ ਇੱਕ ਰੀਲ ਕਢਾਓ, ਜੇ ਚੱਲ ਗਈ ਨਜ਼ਾਰੇ ਨਜ਼ਾਰੇ, ਕਿਉਂਕਿ ਕੋਈ ਵੀ ਬੰਦਾ ਗਾ ਸਕਦਾ, ਗਾਉਣਾ ਕੋਈ ਔਖਾ ਨਹੀਂ, ਲਿਖਣਾ ਜ਼ਰੂਰ ਔਖਾ, ਕੋਈ ਸ਼ੱਕ ਨਹੀਂ। ਕਿਸੇ ਸ਼ਾਇਰ ਕਿਸੇ ਅਦੀਬ ਨਾਲ ਗੱਲ ਕਰਨੀ ਮੱਥਾ ਲਾਉਣਾ ਬਹੁਤ ਔਖਾ, ਗਾਉਣਾ ਤਾਂ ਸੌਖਾ ਹੀ ਬਹੁਤ ਹੈ। ਜੇ ਕਿਸੇ 'ਤੇ ਬਹੁਤਾ ਕੀੜਾ 4 ਪੈਸੇ ਤਾਂ ਦੱਸ ਦਿਓ, ਅਸੀਂ ਹੈਲਪ ਕਰ ਦਾਂਗੇ। ਚਿਰ ਬਚਾਊਂਗਾ ਤੂੰ ਨੱਚਦੀ ਹੈ ਬਿਜਲੀ ਦੀ ਤਾਰ ਪਰ, ਤੂੰ ਚੰਡੀਗੜ੍ਹ ਦੀ ਰਹਿਣ ਵਾਲੀ ਤੇ ਮੇਰਾ ਪਿੰਡ ਖਟਮਾਨ ਪਰ, ਅਮਰਿੰਦਰ ਨੂੰ ਬੁਲਾ ਲਓ ਅਮਰਿੰਦਰ, ਤੂੰ ਕੁਝ ਦੇਖ ਲੈ ਟੈਨ ਸਿੱਕੇ ਮੰਦਰ ਲਈ ਹੈ, ਤੂੰ ਕੁਝ ਦੇਖ ਲੈ ਟੈਨ ਸਿੱਕੇ ਮੰਦਰ ਲਈ ਹੈ, ਲੱਗਦੀ ਬੜਦੀ ਨਜ਼ਰ ਮਾਰ ਦੇ ਯਾਰ ਕੋਲ। ਅੱਜ ਕੱਲ ਡੀਜੇ ਵਾਲੇ ਕੁੜੀਆਂ ਨਚਾਉਂਦੇ ਨੇ, ਅਸਾਂ ਜਦੋਂ ਕੁੜੀ ਦਾ ਗੱਲ ਆਉਂਦੀ ਨਾ ਕੁੜੀ ਨਾਲ ਹਾਏ ਹੋਏ, ਕਿਉਂ ਤਾਂ ਜੇ ਜਵਾਲ ਪੈਂਦਾ। ਇੰਡੀਆ ਦੀ ਪੰਜਾਬ ਦੀ ਬਦਕਿਸਮਤੀ ਹੈ, ਹੀਰ ਪੜ੍ਹਨ ਨੂੰ ਬਹੁਤ ਸੋਹਣੀ ਲੱਗਦੀ ਹੈ ਜੀ ਬਾਬਾ ਜੀ, ਪਰ ਜਦੋਂ ਘਰ ਜੰਮਦੀ ਹੈ ਫਿਰ ਬੰਦਾ ਗੰਡਾਸਾ ਚੱਕ ਲੈਂਦਾ। ਇਹ ਚੇਂਜ ਨੂੰ ਜਦੋਂ ਤੱਕ ਐਕਸੈਪਟ ਨਹੀਂ ਕਰਦੇ ਤਾਂ ਦੁਖੀ ਰਹੋਗੇ, ਜਾਂ ਤਾਂ ਕਿਸੇ ਹੀਰ ਦੇ ਇਸ਼ਕ ਦੇ ਡੋਰੇ ਨਾ ਪਾਓ, ਜਾਂ ਫਿਰ ਹੀਰਾ ਜੰਮਣਗੀਆਂ ਰੋਕੋ ਨਾ, ਫਿਰ ਨਖੱਟੂ ਰਾਂਝੇ ਵੀ ਜੰਮਣਗੇ ਤੇ ਹੀਰ ਜੰਮੂਗੀ। ਕੰਮ ਚੋਰ ਕਮਾਲ ਦਾ ਆਸ਼ਕ ਹੈ ਹੋਈ ਕਮਾਲ ਦਾ, ਪਹਿਲਾਂ ਫਲੂਟ ਵਜਾਈ ਗਿਆ 12 ਸਾਲ, ਤਰੂ 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 ਤਰੂ, ਫਿਰ ਉਹਦੀ ਬਾਂਸਰੀ ਜੀ ਖੜ ਗਈ ਵਿਚਾਰੇ ਦੀ। ਮੈਨੂੰ ਸਮਝ ਨਹੀਂ ਆਉਂਦੀ ਵੀ 25-30 ਮੱਝਾਂ ਤੇ ਕਿਹੜੇ ਟਾਈਮ ਬਾਂਸਰੀ ਵਜਾਉਂਦਾ ਸੀ, ਮੱਝਾਂ ਦਾ ਦੋ ਨਹੀਂ ਸਾਹ ਹੁੰਦੀਆਂ ਬੰਦੂ ਜੀ। ਪਹਿਲਾਂ ਬਾਂਸਰੀ ਵਜਾਈ ਗਿਆ, ਹੀਰ ਕਹੀ ਗਈ ਆ ਜਾ ਭਾਈ ਘਰ ਦੇ ਨਾਲ ਗੱਲ ਕਰ ਲਾ, ਤਬੇਲੇ 'ਚ ਵੜਾ ਰਿਹਾ, ਜਦ ਹੀਰ ਕਹਿੰਦੀ ਓਕੇ ਬਾਬਾ ਆਮ ਗੋਇੰਗ ਸੀ ਯੂ ਅਗੇਨ, ਉਹ ਕਹਿੰਦਾ ਇਹ ਤਾਂ ਚੱਲੀ ਹੈ ਨਾ ਮਤਲਬ, ਫਿਰ ਮਗਰ ਭੱਜ ਲਿਆ, ਫਿਰ ਗੰਜਾ ਹੋ ਗਿਆ, ਪਤਾ ਨਹੀਂ ਕੀ ਕਰਿਆ, ਫਿਰ ਸੰਨਿਆਸੀ ਬਣ ਗਿਆ। ਹਾਂ ਦੇਵਦਾਸ ਵੀ ਹੈ ਜੀ, ਜੀ ਉਹਨੇ ਕਿਹੜੇ ਸਵਾਲ ਲਈ ਹੈ ਲਾ, ਉਹ ਬਈ ਮੈਂ ਮਰਜ਼ੀ ਨਾਲ ਆਟੋ ਲਾ ਕੇ ਮੇਰਾ ਜੀ ਕਰਦਾ ਗਾ ਲਵਾਂ ਮੈਂ। ਸਾਡੇ ਮੈਨੇਜਰ ਸਾਹਿਬ ਨੂੰ ਟੈਨਸ਼ਨ ਹੈ ਕਿਉਂਕਿ ਅਸੀਂ ਫਿਲਮ ਦੇ ਗਾਣੇ ਰਿਕਾਰਡ ਕਰਨੇ, ਰਾਤ ਲਾਉਣੀ ਹੈ ਜਾ ਕੇ, ਉਹਨੂੰ ਟੈਨਸ਼ਨ ਹੈ ਵੀ ਜੀਤੀ ਨਹੀਂ ਬੜੇ ਕੰਮ, ਕੋਈ ਨਹੀਂ ਗਾ ਲੈਂਦੇ ਮੁੰਡੇ ਵਧੀਆ ਸਿਆਣੇ ਆ ਸਾਊ ਆ। ਇੱਕ ਤਾਣ ਕੇ ਗੱਭਰੂ ਘੁੰਮਦਾ ਰਹਿੰਦਾ, ਆ ਸੋਹਣੀਏ ਆਸੀਨੇ ਤੇ ਵਾਰ ਕਰ, info@babuman.in ਤੇ ਬੱਲੀਏ, ਯਾ ਬਸ ਫੜ ਕੇ ਆ ਜੀ ਖੂਣੀਏ ਖੰਡਮਾਨ ਕੋ, ਚੰਗੀ ਪ
ਪਲੀ ਭੀੜ ਵੀ ਮੂਹਰੇ ਲੱਗ ਜਾਂਦੀ, ਚੰਗੀ ਪਲੀ ਭੀੜ ਵੀ ਮੂਹਰੇ ਲੱਗ ਜਾਂਦੀ। ਹੋਵੇ ਜੇ ਵਿਸ਼ਵਾਸ ਆਪਣੇ ਹਥਿਆਰ ਕੋਈ,